ਸੁਸ਼ੰਭੂ ਬਾਰਡਰ ਦੇ ਉੱਪਰ ਖੜੇ ਹਾਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਿੰਦੀ ਹਾਂ ਕਿ ਇਸ ਪਾਸੇ ਜੋ ਸ਼ੰਭੂ ਬਾਰਡਰ ਹੈ ਹਰਿਆਣਾ ਬਾਰਡਰ ਦੇ ਉੱਪਰ ਲਗਾਤਾਰ ਜੋ ਪੈਰਾਮਿਲਟਰੀ ਫੋਰਸ ਤੈਨਾਤ ਹੈ ਤੇ ਉੱਥੇ ਦੂਜੇ ਪਾਸੇ ਪੰਜਾਬ ਵਾਲੀ ਸਾਈਡ ਕਿਸਾਨ ਜੋ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ ਐਤਵਾਰ ਦੀ ਬੈਠਕ ਦਾ ਕਿ ਉਸ ਦੇ ਵਿੱਚ ਕੀ ਹੱਲ ਨਿਕਲੇਗਾ। ਇੱਧਰ ਸਟੇਜ ਲੱਗੀ ਹੋਈ ਹੈ ਜਿੱਥੋਂ ਕਿਸਾਨ ਆਗੂ ਸੰਬੋਧਨ ਕਰ ਰਹੇ ਨੇ। ਉੱਥੇ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਕਿਸਾਨ ਵੀ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਉਹ ਇਸ ਬਾਬਤ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਹਰਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਹਰਿੰਦਰ ਜੀ, ਜੋ ਇਹ ਸਭ ਹੁਣ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ, ਹੁਣ ਇੰਤਜ਼ਾਰ ਕੀਤਾ ਜਾ ਰਿਹਾ ਐਤਵਾਰ ਦਾ, ਨਹੀਂ ਤਾਂ ਉਸ ਤੋਂ ਬਾਅਦ ਦਿੱਲੀ ਕੂਚ ਕੀਤੀ ਜਾਏਗੀ, ਕੀ ਕਹਿਣਾ ਚਾਹੋਗੇ? ਇਹ ਤਾਂ ਹੁਣ ਸਰਕਾਰ ਦੇ ਡਿਪੈਂਡ ਹੈ। ਦੇਖੋ ਹੁਣ ਸਾਡੀਆਂ ਜਾਇਜ਼ ਮੰਗਾਂ ਹੈ, ਜੋ ਕਮਿਟਮੈਂਟ ਉਹਨਾਂ ਨੇ ਕੀਤੀ ਹੋਈ ਹੈ। ਪਹਿਲਾਂ 2 ਸਾਲ ਅਸੀਂ ਉਹਨਾਂ ਨੂੰ ਵੇਟ ਕਰਦੇ ਰਹੇ ਔਰ ਬਾਰ ਬਾਰ ਗੱਲ ਚੱਕਦੇ ਰਹੇ, ਉਹਨਾਂ ਨੇ ਨਹੀਂ ਸਾਡੀ ਗੱਲ ਸੁਣਾ, ਅਮਲ ਨਹੀਂ ਕੀਤਾ। ਮਤਲਬ ਹੁਣ ਸਾਨੂੰ ਇੰਨਾ ਵੱਡਾ ਸੰਘਰਸ਼ ਵਿੱਢਣਾ ਪਿਆ, ਇਸ ਕਰਕੇ ਫਿਰ ਹੁਣ ਮੀਟਿੰਗ ਰੱਖੀ ਹੈ। ਟਾਈਮ 2-3 ਮੀਟਿੰਗਾਂ ਆਲਰੇਡੀ ਹੋ ਚੁੱਕੀਆਂ ਵਾ, ਹੁਣ ਨੈਕਸਟ ਟਮਾਰੋ ਮੀਟਿੰਗ ਹੈ, ਦੇਖਦੇ ਹਾਂ ਉਹਦੇ 'ਚ ਕੀ ਹੱਲ ਨਿਕਲਦਾ। ਮੰਗਾਂ ਨੂੰ ਲੈ ਕੇ ਲਗਾਤਾਰ ਰਿੜਕਾ ਆ ਕਿ ਵੀ ਮੰਗਾਂ ਉਹ ਕਹਿ ਰਹੇ ਕਿ ਕੁਝ ਕੁ ਮੰਗਾਂ ਐਸੀਆਂ ਜਿਹੜੀਆਂ ਨਹੀਂ ਪੂਰੀਆਂ ਹੋ ਸਕਦੀਆਂ ਇੰਨੇ ਜਲਦੀ ਟਾਈਮ ਦੇ ਵਿੱਚ, ਉਹਦੇ ਬਾਰੇ ਕੀ ਕਹੋਗੇ? ਦੇਖੋ ਹੋ ਤਾਂ ਸਾਰਾ ਕੁਝ ਹੀ ਜਾਂਦਾ ਜੀ, ਆਪਾਂ ਬੈਠ ਕੇ ਕੁਝ ਗੱਲਾਂ ਤੇ ਆਪਾਂ ਉਹ ਵੀ ਕਰ ਸਕਦੇ ਹਾਂ। ਜਿਹੜੀ ਜਾਇਜ਼ ਮੰਗਾਂ ਜਿਹੜੀਆਂ ਤਾਂ ਤੁਸੀਂ ਕਮਿਟਮੈਂਟ ਕਰਕੇ ਆਏ ਹੋ, ਹਨਾ, ਉਸ ਤੇ ਤਾਂ ਤੁਸੀਂ ਮੈਨੀਫੈਸਟ 'ਚ ਜੋ ਲੈ ਕੇ ਆਏ ਸੀ, ਅਸੀਂ ਤਾਂ ਉਹ ਯਾਦ ਕਰਵਾ ਰਹੇ ਹਾਂ ਉਹਨਾਂ ਨੂੰ। ਜੋ ਅਸੀਂ ਮੰਗਾਂ ਦੇ ਰਹੇ ਹਾਂ ਨਾ ਉਹਨਾਂ ਨੂੰ ਲਿਖ ਕੇ, ਇਹ ਉਹਨਾਂ ਦੇ ਮੈਨੀਫੈਸਟੋ 'ਚ ਹੈ। 10 ਸਾਲ ਤੋਂ ਉਹਨਾਂ ਦੀ ਸਰਕਾਰ ਹੈ, ਉਹਨਾਂ ਨੂੰ ਇਹ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸੀ। ਜਿਵੇਂ ਤੁਸੀਂ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਹੋਏ ਹੋ, ਇੰਤਜ਼ਾਰ ਕਰਨਾ ਪੈ ਰਿਹਾ, ਪਰ ਦਿੱਲੀ ਤੱਕ ਇਸ ਦੀ ਆਵਾਜ਼ ਪਹੁੰਚ ਚੁੱਕੀ, ਗੂੰਜ ਪਹੁੰਚ ਚੁੱਕੀ, ਕਿਉਂਕਿ ਮੰਤਰੀਆਂ ਨੂੰ ਚੰਡੀਗੜ੍ਹ ਆਉਣਾ ਪੈ ਰਿਹਾ, ਕੀ ਕਹੋ? ਹਾਂ, ਦਿੱਲੀ ਤੱਕ ਤਾਂ ਆਵਾਜ਼ ਪਹੁੰਚੀ ਹੋਈ ਹੈ ਸਾਰਾ, ਅੱਗੇ ਤੱਕ ਜਾਮ ਪਿਆ, ਇਹਨਾਂ ਨੇ ਬਾਰਡਰ ਸੀਲ ਕੀਤੇ ਪਏ ਆ। ਹੁਣ ਅਸੀਂ ਤਾਂ ਕੋਈ ਬੰਦ ਨਹੀਂ ਕੀਤਾ ਹੋਇਆ ਰਸਤਾ, ਵੈਸੇ ਤਾਂ ਇਹਨਾਂ ਨੇ ਕੀਤਾ ਹੋਇਆ, ਜੋ ਵੀ ਹੈ ਅਸੀਂ ਤਾਂ ਆਪਣੀ ਇੱਕ ਗੱਲ ਪਹੁੰਚਾਉਣ ਦਾ ਤਰੀਕਾ ਲੱਭਿਆ ਹੋਇਆ ਵੈ। ਹੁਣ ਸਰਕਾਰ ਦੇ ਮਨ 'ਚ ਕੀ ਚੱਲ ਰਿਹਾ, ਕਿੱਦਾਂ ਸਾਨੂੰ ਜਾਂ ਸਾਡੀ ਕੋਈ ਅਹਿਮੀਅਤ ਨਹੀਂ ਸਮਝਦੇ ਇਹ, ਅਸੀਂ ਦੇਸ਼ ਦਾ ਪਾਰਟ ਹੈ, ਸਾਡੀ ਇੰਨੇ ਵੱਡੀ ਕੁਰਬਾਨੀਆਂ ਦੇ ਦੇਣ ਵਾਲੀ ਕੌਮ ਨੂੰ ਵੀ ਲੈ ਕੇ ਆਏ ਹੋਏ ਹਾਂ। ਹਾਂਜੀ, ਇਹਨੂੰ ਘੁਮਾਣ ਲਿਆਏ ਆ, ਅਸੀਂ ਦਿਖਾਣ ਲਿਆਏ ਆ, ਵੀ ਦੇਖ ਲਓ ਤੁਸੀਂ ਕਿੱਦਾਂ ਅੱਗੇ ਅੱਗੇ ਸਾਹਮਣਾ ਕਰ ਸਕਦੇ ਆ। ਸੋ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ, ਐਤਵਾਰ ਦਾ ਇੰਤਜ਼ਾਰ ਹੈ ਕਿ ਉਸ ਬੈਠਕ ਦੇ ਵਿੱਚ ਕੀ ਹੱਲ ਨਿਕਲਦਾ। ਕਿਸਾਨਾਂ ਦਾ ਕਹਿਣਾ ਕਿ ਮੰਗਾਂ ਮਨਵਾ ਕੇ ਹੀ ਮੁੜਨਗੇ। ਆਪਣੇ ਸਹਿਯੋਗੀ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ, ਸ਼ੰਭੂ ਬਾਰਡਰ।